ਕਈ ਬੰਦਿਆਂ ਨਾਲ ਇੰਜ ਹੀ ਹੁੰਦਾ ਹੈ ਜਿਵੇਂ ਕਿ ਮੇਰੇ ਨਾਲ ਹੋਈ। ਚਾਂਦ ਰਾਤ ਦੀ ਗੱਲ ਆ, ਮੈਂ ਨਾਈ ਕੋਲ ਸ਼ੇਵ ਕਰਾਉਣ ਗਿਆ। ਨਾਈ ਕੋਲ ਤੇ ਰਸ਼ ਹੀ ਬੜਾ। ਆਖਰਕਾਰ ਸੁਬਾ 6 ਵਜੇ ਦਾ ਟਾਈਮ ਹੋਇਆ ਤੇ ਮੇਰਾ ਲੰਬਰ ਆ ਗਿਆ। ਸਾਰੀ ਰਾਤ ਜਾਗ ਕੇ ਕੱਢੀ, ਉਹਨਾਂ ਕਿਹਾ ਸ਼ੇਵ ਕਰ। ਜਦੋਂ ਸ਼ੇਵ ਕੀਤੀ ਉਸ, ਤੇ ਮੈਂ ਤੇ ਸਿੱਧੀ ਗੱਲ ਕੁਰਸੀ ਉੱਤੇ ਸੌਣ ਲੱਗ ਪਿਆ। ਉਸ ਮੈਨੂੰ ਉਠਾਇਆ, ਉਸ ਆਖਿਆ ਚਾਚਾ ਜਾਗ। ਮੈਂ ਆਖਿਆ ਜਾਗਦਾ ਪਿਆ, ਸਾਰੀ ਰਾਤ ਤੇ ਜਾਗ ਕੇ ਕੱਢੀ ਆ। ਨਾਈ ਤੋਂ ਵਿਹਲੇ ਹੋਇਆ, ਵੱਧ ਜਨਾਬ ਤਿਆਰੀ ਕੀਤੀ ਆ, ਬਾ ਈਦ ਪਾੜਾ ਵੀ ਹੈ, ਈਦ ਵਾਸਤੇ ਗਏ ਆ ਮਸਜਿਦ ਵਿੱਚ ਤਿਆਰ ਹੋ ਕੇ। ਮੌਲਵੀ ਹੋਰੀ ਬੜਾ ਅੱਛਾ ਬਿਆਨ ਕੀਤਾ ਜਨਾਬ, ਬਿਆਨ ਸੁਣਿਆ, ਈਦ ਪੜ੍ਹੀ। ਉਸ ਤੋਂ ਬਾਅਦ ਸਾਰਿਆਂ ਜਨਾਬ ਈਦ ਮਿਲੀ ਆ। ਮਸਜਿਦ ਬਾਹਰ ਆਵਾਮ ਖੜੀ ਹੋਈ ਹੈ, ਕੋਈ ਮਸਜਿਦ 'ਚ ਵੀ ਬੰਦਿਆਂ ਨੂੰ 99 ਮਿਲੇ ਆ, ਸਾਰਿਆਂ ਨੇ ਈਦ ਵਗੈਰਾ ਮਿਲ ਕੇ। ਉਸ ਤੋਂ ਬਾਅਦ ਸਾਡੀ ਤਿਆਰੀ ਬਣ ਗਈ, ਅਸੀਂ ਬਣਾ ਇੱਕ ਫੰਕਸ਼ਨ 'ਤੇ। ਲਾਹੌਰ ਰੋਡ 'ਤੇ ਸਾਡਾ ਘਰ, ਅਸੀਂ ਸੜਕੇ ਚੜ੍ਹੇ ਹਾਂ। ਜਦੋਂ ਚੌਕੀ ਵਹਿੰਦੇ ਪਏ, ਅਸੀਂ ਵੇਖਿਆ ਕਿ ਚੰਗੇ ਬਲੇ ਨਾ 80 ਵਾਲੀ ਪੋਲ 'ਤੇ ਆਵਾਮ ਖੜੀ ਹੋਈ, ਛੋਰੇ ਕਾ ਜਾਣੂਗਾ। ਮੈਂ ਸਲਾਮ ਦੁਆ ਕੀਤੀ, ਮੈਂ ਆਖਿਆ ਵਾ ਗੱਲ ਲੈਂ ਜਾਵੇ ਕੀ ਚੱਕਰ ਕੀ ਆ। ਉਸ ਆਖਿਆ ਵਾ ਚਾਚਾ ਗੱਲ ਲੈਂ ਜਾਵੇ, ਇਹ ਐਨ ਫਿੱਟੇ ਹੋਏ। ਮੈਂ ਕਿ ਗੱਲ ਦੀ ਸਮਝ ਨਹੀਂ ਆਈ। ਦੂਏ ਛੋਰ ਆਖਿਆ ਵਾ ਇਹ ਨਾ ਮੋਟਰਸਾਈਕਲ ਤਿਆਰ ਕੀਤੇ ਨਾ, ਇਹ ਕਰਦੇ ਪੈਣ ਵਨ ਵੀਲਿੰਗ ਤੇ ਰੇਸਾਂ ਲਾਈਆਂ ਹੋਈਆਂ ਨਾ। ਮੈਂ ਕਿਹਾ ਅੱਛਾ, ਤਾਂ ਵਾਸਤੇ ਇੱਥੇ ਜਨਾਬ ਰਸ਼ ਆ। ਤੇ ਮੈਂ ਕਿਹਾ ਚਲੋ ਠੀਕ ਆ, ਵਾ ਤੱਕ ਮੌਜਾਂ ਮਾਰੋ, ਕੋਈ ਹਸਪਤਾਲ ਲੱਭਣ ਸੀ। ਅਸੀਂ ਵਾ ਟੁਰ ਪਏ ਹਾਂ, ਮੰਗਣੀ ਵਾਲੀ ਨਾਲ ਕ੍ਰਾਸ ਕੀਤੀ, ਸਿਆਲ ਮੋੜ ਵਹਿਣਾ, ਉੱਥੇ ਨੂਰ ਮਹਿਰਾਜ ਆ ਲਾ, ਉਹਦੇ ਵਿੱਚ ਫੰਕਸ਼ਨ ਆ, ਜਾ ਕੇ ਜਨਾਬ ਬੜਾ VIP ਨਿਜ਼ਾਮ ਆ, ਦਾਵਤ ਆਈ। ਲਓ ਜੀ ਸਿਆਲ ਮੋੜ ਪਹੁੰਚ ਗਏ, ਸਿਆਲ ਮੋੜ ਟੂਲ ਪਲਾਜ਼ਾ ਕ੍ਰਾਸ ਕਰਦੇ ਪਏ। ਅਸੀਂ ਜਿੱਥੇ ਫੰਕਸ਼ਨ ਆ ਉੱਥੇ ਗਏ, ਉਹਨਾਂ ਦਾ ਪਹਿਲਾਂ ਫਲੈਕਸ ਲੱਗੋ ਆ ਕੰਗਣਾ ਚੌਧਰੀ ਦਾ। ਮੈਂ ਉਹਨਾਂ ਆਖਿਆ ਬਾ ਸ਼ਾਦੀ ਹਾਲ ਤਾਂ ਇਹ ਹੀ, ਆਹ ਬੈਨਲ ਵੀ ਲੱਗੋ ਆ, ਤੇ ਚੱਲ ਚੱਲੀਏ। ਉਸ ਆਖਿਆ ਟੋਰ, ਮੇਰੇ ਦੋਸਤ ਆ ਮੇਰਾ ਮਮਤਾ। ਜਿਸ ਵੇਲੇ ਅੰਦਰ ਸਾਡੀ ਜਾਤੀ ਪਈ, ਅੰਦਰ ਸ਼ਾਇਦ ਕੋਈ ਨਾ ਜਨਾਬ, ਬਿਲਕੁਲ ਸ਼ਾਦੀ ਹਾਲ ਵਿਹਲਾ, ਜਿੱਥੇ ਫੰਕਸ਼ਨ ਆ, ਕੁਰਸੀਆਂ ਬਿਲਕੁਲ ਵਿਹਲੀਆਂ ਜਨਾਬ। ਅਸੀਂ ਅੰਦਰ ਇੰਟਰੀ ਮਾਰੀ, ਅੱਗੇ ਵੇਖਿਆ ਕਿ ਤੇ ਅੱਗੇ ਜਨਾਬ ਸਾਡੇ ਦੋ ਮਸ਼ਹੂਰੋ ਮਰੂਫ ਅਨਸਰ ਅਲੌਂਸਰ ਔਰ ਟਿਕਟੋਕਰ ਮੁਸ਼ਹਿਰਾ ਵੀ ਕਰਦੇ ਨੇ, ਬੜੇ ਮਸ਼ਹੂਰ ਹਨ। ਉਹਨਾਂ ਦੇ ਬਾਅਦ ਸ਼ੇਖ ਹੋ ਸਕਿਆ, ਉਹ ਚਾਚਾ ਸਰਗੋਦੇ ਵਾਲਾ ਆ ਗਏ ਆ ਜਨਾਬ। ਉਹ ਬੜਾ ਇੰਜ ਹੈ ਕਚੂਸੀਆਂ ਕਰਕੇ ਮਿਲਿਆ ਜਨਾਬ, ਮੈਂ ਨਾ ਚਾਚਾ ਸਰਗੋਦੇ ਵਾਲੇ ਅੱਖੀ ਤੈਨੂੰ ਬਣਵਾਈਆਂ। ਮੈਂ ਆਖਿਆ ਨਹੀਂ, ਆ ਜਣੇ ਇਹਨੂੰ ਪਾਈ ਵੱਧਦਾ, ਮੈਂ ਸੁਣਿਆ ਵਾ ਅੱਖੀ ਬਣਵਾਈਆਂ ਨਹੀਂ ਉਹ। ਮੈਂ ਆਖਿਆ ਨਹੀਂ ਹੈ ਦਾਦਾ ਬਬੋ ਬਾਦ ਜਨਾਬ, ਹੋਰ ਸੁਣਾਓ। ਮੱਕ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ। ਮੈਂ ਆਖਿਆ ਸ਼ਾਇਦ ਕੋਈ ਨਹੀਂ, ਕੀ ਗੱਲ ਆ, 12 ਵਜੇ ਦਾ ਟਾਈਮ ਦਿੱਤਾ, ਉੱਥੋਂ ਜਨਾਬ ਇੱਕ ਹੋਇਆ ਖੜਾ। ਉਸ ਆ ਗਿਆ ਜੀ, ਮੈਡਮਾਂ ਜੇ ਤਿਆਰ ਹੁੰਦੀਆਂ ਪਈਆਂ ਨਾ, ਅਸੀਂ ਤਾਂ ਆਪ ਬੈਠੀਆਂ ਖਪਤੇ ਪਏ ਹਾਂ, ਠੋ ਕਰੋ ਆਵਾਮ ਮੱਟੀ ਵਹਿੰਦੀ ਓਕ। ਮੈਂ ਬਾਅਦ ਮੋਟਰਸਾਈਕਲ ਤੇ ਚਾੜ ਗਿਆ, ਵਿਹਲੀ ਆਪਣੇ ਨਾਲ ਲਿਆ। ਮੈਂ ਆਖਿਆ ਮੈਡਮਾਂ ਨੂੰ ਮੈਂ ਕਾਰਡ ਲਿਆਉਂਦਾ। ਮੈਂ ਜਨਾਬ ਸਿਆਲ ਮੋੜ ਚੌਕ ਕੇ ਚੱਪੜ ਗਿਆ, ਜਿਸ ਤਰ੍ਹਾਂ ਉਹਨਾਂ ਦਾ ਡੇਰਾ ਉਸ ਘਰ ਵਾਲੀ ਸਾਈਡ ਤੇ ਟੁਰ ਪਿਆ। ਜਦੋਂ ਉਹਨਾਂ ਦੇ ਦਰਵਾਜ਼ੇ ਅੱਗੇ ਤਾਲੇ ਲੱਗੇ ਪੈਣ, ਬਾਅਦ ਪਿੱਛਾ ਅੱਟ ਆਇਆ। ਜਦੋਂ ਅੱਟ ਕੇ ਆਇਆ ਅੱਗੋ ਚੀਮਾ ਜਨਾਬ ਸਾਡਾ ਨੱਚ ਕੇ ਵੈਲਕਮ ਕੀਤਾ, ਇਹ ਜਨਾਬ ਕੰਗਣਾ ਚੌਧਰੀ ਦਾ ਮੁਲਾਜ਼ਮ ਹੈ। ਤੇ ਸਾਖਿਆ ਉਹ ਚਾਚਾ ਸਰਗੋਦੇ ਵਾਲੇ ਅੰਦਰ ਚਲ ਗਏ। ਅਸੀਂ ਜਨਾਬ ਅੰਦਰ ਟੁਰ ਪਏ ਹਾਂ, ਅੱਗੇ ਜਨਾਬ ਕਈ ਤਮਾਸ਼ੇ ਬਣੇ ਖੜੇ, ਮੈਡਮਾਂ ਦੋ ਬਿਸੂਰੀਆਂ ਜੀਆਂ, ਉਹ ਜਨਾਬੂ ਅੱਗੇ ਪਾਈ ਖੜੀਆਂ ਡੁਮਕੇ ਪਈਆਂ ਮਾਰਨ ਨੂੰ। ਅਲੌਂਸਰ ਅਨਸਰ ਸਾਹਿਬ ਹੋਰੀ ਵੱਧ ਜਨਾਬ ਵੈਲਕਮ ਕੀਤਾ, ਉਸ ਆਖਿਆ ਆਓ ਜੀ। ਮੈਂ ਤੁਹਾਨੂੰ ਆਖਿਆ ਨਾ ਇੱਥੇ ਰਵੋ, ਉਹ ਮੈਡਮਾਂ ਇੱਥੇ ਹੀ ਹਨ, ਮੈਡਮਾਂ ਨਾਲ ਸਲਾਮ ਦੁਆ। ਅਲੌਂਸਰ ਸਾਹਿਬ ਜਨਾਬ ਸਾਡੀ ਅਲੌਂਸਿੰਗ ਕੀਤੀ, ਬਾ ਚਾਚਾ ਸਰਗੋਦੇ ਵਾਲਾ ਆ ਗਿਆ ਤੇ ਜੱਟ ਇੱਥੇ ਖੜੇ ਹਾਂ। ਮੈਂ ਆਖਿਆ ਦੂਜੀਆਂ ਮੂਰਤਾਂ, ਉਹਨਾਂ ਆਖਿਆ ਉਹ ਇਹ ਵੀ ਕਾਈ ਨਹੀਂ ਆਈਆਂ। ਮੈਂ ਆਖਿਆ ਚੰਗੀ ਗੱਲ, ਉੱਥੇ ਤਾਂ ਘਰ ਤੇ ਤਾਲਾ ਲੱਗਾ ਪਿਆ, ਪਰ ਗੱਲ ਕਿਹੜੀ ਕਿ 2-4 ਮਿੰਟ ਲੱਗੇ ਤੇ ਉਹ ਵੀ ਆ ਗਈਆਂ। ਬਾਅਦ ਜਨਾਬ ਰਾਣੀ ਆਈ, ਕੰਗਣਾ ਚੌਧਰੀ ਆਈ, ਨਾਲ ਇਹਨਾਂ ਦੇ ਸ਼ਗਿਰਦਾਨ ਆਏ, ਭਾਈ ਹੋਰੀ ਇੱਕ ਡਾਂਸਰ ਹਨ, ਬਹੁਤ ਮਸ਼ਹੂਰ ਮਰੂਫ ਡਾਂਸਰ ਹਨ, ਹਰਿਆਣਾ ਅੰਗਰ ਲਾਲੂ ਵਾਲੀ ਦੀ, ਉਹਨਾਂ ਦੇ ਛੋਟੇ ਭਾਈ ਦੱਸਦੇ ਨੇ ਤੇ ਬਹੁਤ ਹੀ ਅੱਛਾ ਡਾਂਸ ਕਰਦੇ ਨੇ। ਵੱਜ ਸ਼ੋਅ ਸ਼ੁਰੂ ਹੋ ਗਿਆ। ਇਹ ਜਨਾਬ ਰਾਣੀਆਂ ਨੇ ਔਰ ਬੜੀ ਮਸ਼ਹੂਰ ਮਰੂਫ ਟਿਕਟੋਕਰ ਵੀ ਹਨ, ਇਹਨਾਂ ਦਾ ਜਨਾਬ ਪਹਿਲਾ ਜਨਾਬ ਪਰਫਾਰਮੈਂਸ ਹੋਈ।
ਪਹਿਲੇ ਗਾਣੇ ਤੇ ਉੱਤੋਂ ਜਨਾਬ ਕੰਗਣਾ ਦੀ ਇੰਟਰੀ ਆਈ, ਬਹੁਤ ਅੱਛਾ ਡਾਂਸ ਕਰਦੀ ਆ। ਲਓ ਜੀ ਵਾਰੀ ਆ ਗਈ ਕੰਗਣਾ ਚੌਧਰੀ ਦੀ, ਕਸਮ ਖੁਦਾ ਦੀ ਇਹ ਤਾਂ ਮਨਾਉਂਦੀ ਆ, ਵੇਖ ਪੈ ਕਿਆ ਡਾਂਸ ਹੈ, ਚਾਹ ਸਾਈ ਨੇ ਡਾਂਸ ਦੀ। ਕੋਈ ਵੀ ਕਿਸੇ ਨੂੰ ਫੰਕਸ਼ਨ ਹੋਵੇ ਜਨਾਬ ਮੇਰੇ ਨਾਲ ਰਾਬਤਾ ਕਰਿਆ, ਕੰਗਣਾ ਮੈਂ ਬੁਲਾ ਦਿੱਤਾ, ਛੋਰ ਬਈ ਇਹ ਵੀ ਉੱਡ ਉੱਡ ਕੇ ਆਉਂਦੇ ਆ, ਵਾਹ ਜ਼ੁਲਫਾਂ ਚੰਗੀਆਂ ਰੱਖੀਆਂ ਹੋਈਆਂ ਹੈਨ ਕਿ ਨਹੀਂ, ਕਬੂਤਰਾ ਹਰ ਪਹਿਲਾਂ ਪਾਉਂਦੇ। ਵਾਹ ਬਈ ਵਾਹ, ਜੀ ਵਾਹ ਬਾਈ ਜੀ, ਉਹ ਸਲਾਮਤ ਰਹੋ। ਸਫੈਦ ਕੱਪੜਿਆਂ ਵਾਲੇ ਬਾਈ ਹੋਰੀ ਦੁੱਧ ਦਿੱਤੇ ਹਨ ਤੇ ਇਹ ਜਨਾਬ ਮੇਰੇ ਫੈਨ ਹੈ। ਨਾ ਦਿਨ ਚਾਚਾ ਮੈਂ ਤੈਨੂੰ ਸਪੈਸ਼ਲ ਮਿਲਣ ਵਾਸਤੇ ਆਇਆ, ਮੈਨੂੰ ਕੋਈ ਫੰਕਸ਼ਨ ਦੀ ਨਾ ਆਈ ਤੇ ਇਹਨਾਂ ਦਾ ਤਮਾਸ਼ਾ ਵੇਖੋ, ਇਹਨਾਂ ਦੀਆਂ ਡੈਮਰੀਆਂ ਹੀ ਨਹੀਂ ਪਈਆਂ ਮੁੱਕਦੀਆਂ, ਅੱਗੇ ਚੰਗੀ ਗਾਣੇ ਤੇ ਡਾਂਸ ਕਰੋ। ਮੈਂ ਤੁਹਾਡਾ ਆਪਣਾ ਅਰਸ਼ਦ ਮਹਿਮੂਦ ਆਲਮਰੂਫ ਚਾਚਾ ਸਰਗੋਦਿਆਲਾ ਤੇ ਇਜਾ